ਹੁਣ ਜਨਾਬ ਦੇ ਸਾਹਮਣੇ ਜਾ ਕੇ ਰਿਹਾ ਹੈ ਮੈਂ ਮੁਹੰਮਦ ਬਾਸਕਰ ਸਾਹਿਬ ਔਰ ਉਹਨਾਂ ਦੇ ਬਾਅਦ ਜਾ ਕੇ ਰਿਹਾ ਹੈ ਜਨਾਬ ਗੁਲਾਮ ਬਾਕਰ ਅਲੀਪੁਰ ਆ ਫੇਰਾ ਉਹ ਪਰਸਨ ਬੱਚੀ ਵੀ ਮੈਂ ਐਲਾਨ ਕੀਤੇ ਉਹਦੇ ਮੁਤਾਬਕ ਜਿਹੜੇ ਦੂਰ ਨਜ਼ਦੀਕ ਰਾਖੀ ਜਿਤਲੇ ਪੜਦੇ ਪਰ ਸ਼ਾਮ ਤੱਕ ਪੜਦੇ ਰਾਤ ਸਾਰੇ ਦੀ ਟੀਮ ਦੀ ਸਰਕਾਰ ਵਾਹ ਸਲਵਾਰ ਸੁਣੀ ਅੱਲਾਹ ਵਾਹ ਸਬਕ ਵਫਾ ਦੇ ਦੇਂਦੀ ਕਿਹੜੇ ਸਬਕ ਦੇਂਦੀ ਰਹੀਏ ਅਕਬਰ ਤੂੰ ਪਹਿਲੇ ਤੁਹਾਡੀਆਂ ਲਾਸ਼ਾਂ ਆਵਲ ਮੈਂ ਦੱਸਦਾ ਹੀ ਕੁਝ ਗਿਆ ਇਹ ਚਾਰ ਸਾਨੂੰ ਤਸੀਮ ਕੀਤਾ ਨਾ ਹੁਸੈਨ ਜਿਹੜਾ ਕੰਮ ਕਰਨ ਵਾਲਾ ਹੈ ਧੀ ਪਿਓ ਦਾ ਦਮਨ ਨੱਪ ਕੇ ਨਾਲ ਟੁੱਟਦੀ ਰਹੀ ਅਗਰ ਸ਼ਬੀਰ ਕੁਰਾਨ ਪੜ੍ਹਦਾ ਤਾਂ ਬਾਬੇ ਦਾ ਕੁਰਾਨ ਸੁਣਦੀ ਹੈ ਹੁਸੈਨ ਨਮਾਜ਼ ਪੜ੍ਹਦਾ ਤਾਂ ਸੱਜਾ ਰੁਸਾਲਾ ਜ਼ਮੀਨ ਤੇ ਟੇਕ ਕੇ ਪਿਓ ਦਾ ਮੂੰਹ ਦੇਦੀ ਹੈ
ਸ਼ਬੀਰ ਹਾਂ ਗੱਲ ਹੈ, ਸਕੀਨਾ ਨੀਂਦਰ ਨਹੀਂ ਵੀ ਆਈ, ਬਾਬਾ ਨੀਂਦਰ ਨਹੀਂ ਆਉਂਦੀ, ਮਿੰਨਤ ਲਾ ਜਿਵੇਂ ਮਦੀਨੇ ਫਸਤੇ ਹਲੇ ਝੋਲੀ ਬਣਦਾ ਮੈਂ ਝੋਲੀ ਬਣਾ ਲੋਲੀ ਸੁਣਾ ਮੁਤਾਬਿਕ ਨੀਂਦਰਾ ਹੋਣਾ ਪੁਰਾਣੇ ਰੋਮਨ ਲੋਲੇ ਵਜ਼ਾਦਾਰ ਬੈਠੇ ਹੋ ਸ਼ਬੀਰ ਮਿੱਟੀ ਤੇ ਬਹਿ ਗਏ ਝੋਲੀ ਬਣਾਈਏ ਧੀ ਕੁਸਮਾਈ ਬੈਠੇ ਲੋਲੀ ਸ਼ੁਰੂ ਕੀਤੀ ਅੱਲਾ ਕਰਵਟ ਕਰਵਟ ਜੰਨਾ ਨਸੀਬ ਕਰੇ ਮੌਲਾਨਾ ਗੁਲਾਮ ਮਦਰ ਸਾਹਿਬ ਕੱਲੂ ਸਾਹਿਬ ਉਹਨਾਂ ਲੋਲੀ ਲਿਖੇ ਮੈਂ ਦੂਸਰੇ ਪਰ ਸਾਹਮਣੇ ਕਿਉਂਕਿ ਅਰਬੀ ਜ਼ਬਾਨ ਹੈ ਨਾ ਸੈਯਦ ਫਰਮਾਂਦਾ ਬੈਠਾ ਯਾ ਨੂਰਾਨੀ ਯਾ ਬਰਦਾ ਕਲਬੀ ਹਾ ਵਕਤ ਨੋਮਨ ਮਮ ਯਾ ਪੁਨਯਾ ਉਹਨਾਂ ਤਰਜਮਾ ਲਿਖਿਆ ਸੈਯਦ ਕਿਆਦਾ ਬੈਠਾ ਸੈਯਦ ਬੈਠਾ ਦੇ ਨਾਦਾਨ ਬਛੜਾ ਦਿਲ ਜਾਨ ਬਛੜਾ ਅੱਜ ਰਾਤ ਖੜੀਏ ਸੰਪੋ ਮਸੂਮਾ ਅੱਜ ਰਾਤ ਖੜੀਏ ਸੰਪੋ ਮਸੂਮਾ ਸੈਯਦ ਦਾ ਬੈਠਾ ਝੋਲੀ ਪਣਾਵਾ ਤੈ ਕੁਸਮਾਵਾ ਛੇਕਰ ਦੀ ਰਾਤ ਲੋਲੀ ਸੁਣਾਵਾ ਇਵੀ ਰਾਤ ਅੱਜ ਦੀ ਬਾਬੇ ਦਾਸੀ ਨਾ ਆਖਰੀ ਸ਼ੇਰ ਫਰਦਾ ਸੈਯਦ ਦਾ ਬੈਠਾ ਤੈ ਮੈਂ ਕੁਆ ਕਾ ਝੋਲੀ ਬਣਾ ਲੋਲੀ ਸੁਣਾ ਮੈਂ ਝੋਲੀ ਬਣਾਈ ਬੈਠਾ ਲੋਲੀ ਸੁਣਵੇਂ ਦਾ ਬੈਠਾ ਇੱਕ ਮਿੰਨਤ ਤੂੰ ਪਿਉ ਤਲਾ ਬਾਬਾ ਕਿਹੜੀ ਮਿੰਨਤ ਸਹੀ ਤਾਂ ਰੋ ਕਿਆ ਦੇ ਬਾਹੀ ਕੁਆਦ ਚਾ ਮੈਂ ਕੁ ਬਾਬਾ ਸਦ ਚਾ ਇਵੀ ਰਾਤ ਅੱਜ ਦੀ ਬਾਬੇ ਦਾ ਸੀਨਾ